ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਆਏ ਹੋਏ ਹਾਂ ਹਰਿਦੁਆਰ। ਹਰੀ ਦਾ ਮਤਲਬ ਭਗਵਾਨ, ਦੁਆਰ ਦਾ ਮਤਲਬ ਦਰਵਾਜ਼ਾ, ਜਿੱਥੇ ਹਜ਼ਾਰਾਂ ਲੱਖਾਂ ਲੋਕ ਭਗਵਾਨ ਦੇ ਦਰਵਾਜ਼ੇ 'ਤੇ ਆ ਕੇ ਗੰਗਾ ਮਈਆ ਦੀ ਆਰਤੀ ਦੇਖਦੇ ਨੇ ਅਤੇ ਗੰਗਾ ਮਈਆ ਦੇ ਵਿੱਚ ਡੁਬਕੀ ਲਾਉਂਦੇ ਨੇ, ਉੱਥੇ ਨਾਲ ਨਾਲ ਖਾਣ ਪੀਣ ਦਾ ਆਨੰਦ ਵੀ ਲੈਂਦੇ ਨੇ। ਅਤੇ ਇਸ ਲਈ ਤੁਹਾਨੂੰ ਅਸੀਂ ਅੱਜ ਇੱਥੇ ਦੇ ਜਿਹੜੇ ਸਵਾਦਿਸ਼ਟ ਖਾਣੇ ਨੇ ਉਹ ਦਿਖਾਉਂਦੇ ਹਾਂ। ਇਹ ਸਾਡਾ ਫੂਡ ਟੂਰ ਆ, ਤੁਹਾਨੂੰ ਦਿਖਾਉਂਦੇ ਹਾਂ ਜੀ ਅਸੀਂ ਅੱਜ ਇੱਥੇ ਦੇ ਖਾਣੇ। ਅਤੇ ਆਓ ਚੱਲੀਏ ਜੀ। ਇਹ ਨੇ ਜੀ ਜੈਮ ਚਾਟ ਭੰਡਾਰ ਵਾਲੇ, ਇਹ ਹਰਿਦੁਆਰ ਦੇ ਵਿੱਚ ਬਹੁਤ ਮਸ਼ਹੂਰ ਨੇ। ਇਹ ਨਾ ਬੰਦੇ ਦੁਕਾਨ 'ਤੇ ਦੇਖੋ ਵੀ ਰਸ਼ ਕਿੰਨਾ ਆ, ਜੇ ਇਹਨਾਂ 'ਚ ਕੋਈ ਗੋਣਾ ਜਾਂ ਕੁਆਲਿਟੀ ਆ ਤਾਂ ਹੀ ਇਹਨਾਂ ਰਸ਼ ਆ। ਇਹਨਾਂ ਦੀ ਇੱਕ ਤਾਂ ਮੈਜਿਕ ਚਾਟ, ਇੱਕ ਕਾਂਜੀ ਬੜਾ ਬਹੁਤ ਮਸ਼ਹੂਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਅੱਜ ਅਸੀਂ ਹਰਿਦੁਆਰ ਦੇ ਵਿੱਚ ਆਏ ਸੀ ਉਹਨਾਂ ਦਾ ਜੈਮ ਚਾਟ ਭੰਡਾਰ ਵਾਲੇ। ਤੁਹਾਨੂੰ ਪਹਿਲਾਂ ਵੀਡੀਓ ਦਿਖਾਈ, ਉਹਨੇ ਬਹੁਤ ਰਸ਼ ਆ ਬਾਈ ਜੀ, ਇਹਨਾਂ ਦੇ ਮਸਾਂ ਹੀ ਮਿਲਦੀਆਂ। ਅਤੇ ਆਹ ਇਹਨਾਂ ਤੁਹਾਨੂੰ ਪਲੇਟ ਅਸੀਂ ਲਈ ਆ ਅਤੇ ਖਾ ਕੇ ਦੇਖਣ ਲੱਗਿਆ ਵੀ ਕਿੰਨੀ ਕੁ ਵਧੀਆ ਆ, ਜਿਹੜੇ ਇੰਨਾ ਲੋਕ ਆਉਂਦੇ ਨੇ, ਬਹੁਤ ਫੇਮਸ ਆ ਹਰਿਦੁਆਰ ਦੇ ਵਿੱਚ। ਅਤੇ ਅਸੀਂ ਖਾ ਕੇ ਦੇਖਦੇ ਹਾਂ ਵੀ ਕਿੰਨੀ ਕੁ ਵਧੀਆ ਹੈ। ਅਸੀਂ ਸਪੈਸ਼ਲ ਆਏ ਹਾਂ ਖਾਣੇ ਵੀ, ਉਹ ਖਾ ਕੇ ਦਿਖਾਉਂਦੇ ਹਾਂ ਅੱਜ ਅਸੀਂ ਵੀ ਕਿੰਨੀ ਕੁ ਵਧੀਆ ਹੈ, ਕਿੰਨੀ ਕੁ ਸਵਾਦ ਆ। ਸੱਚ ਜਾਣੇ ਉਹਨਾਂ ਨੇ ਬੰਦੇ 'ਚ ਕਲਾ ਜੀ ਇਹਨਾਂ 'ਚ, ਤਾਂ ਹੀ ਇਹਨਾਂ ਦੀ ਚੀਜ਼ ਇੰਨੀ ਵਿਕਦੀ ਆ, ਤਾਂ ਹੀ ਇੰਨੀ ਫੇਮਸ ਆ। ਪੂਰੀ ਘੰਟ ਬਣਾਈ ਹੋਈ, ਬਹੁਤ ਟੌਪ ਦੀ ਬਣਾਈ ਆ ਬੰਦਿਆਂ ਨੇ। ਅੱਗੇ ਦੇਖੋ ਤੁਸੀਂ ਵੀ ਆਇਓ ਜ਼ਰੂਰ, ਜੈਮ ਚਾਟ ਬਣਾ ਲਾਂ ਦੇ, ਬਾਕੀ ਬਹੁਤ ਵਧੀਆ ਬਣਾਈ ਆ ਬੰਦਿਆਂ ਨੇ, ਤਾਂ ਹੀ ਇੰਨਾ ਰਸ਼ ਲੱਗਦਾ ਬੰਦਿਆਂ ਨੂੰ ਇਹਨਾਂ ਦਾ। ਇਹ ਵੀ ਜੈਨ ਚਾਟ ਭੰਡਾਰ ਵਾਲੇ ਨੇ ਜਿਹੜੇ, ਉਹਨਾਂ ਦਾ ਇਹ ਕਾਂਜੀ ਬੜਾ ਆ, ਅਤੇ ਇਹ ਸਭ ਲਈ ਦੱਸੂਗਾ ਇਹਨੂੰ ਖਾ ਕੇ ਪੀ ਕੇ ਵੀ ਕਿੰਨਾ ਕੁ ਸਵਾਦ ਆ ਇਹ। ਅਤੇ ਬਹੁਤ ਮਸ਼ਹੂਰ ਹੈ ਇਹਨਾਂ ਦਾ ਕਾਂਜੀ ਬੜਾ, ਮੈਜਿਕ ਚਾਟ ਬਹੁਤ ਮਸ਼ਹੂਰ ਹੈ ਇਹਨਾਂ ਬੰਦਿਆਂ ਦੀ। ਅਤੇ ਸਭ ਲਈ ਦਿਖਾ ਰਿਹਾ, ਬਹੁਤ ਵਧੀਆ ਕਹਿੰਦਾ, ਅਤੇ ਮੈਂ ਵੀ ਖਾਧਾ ਸੀ, ਜਾਣੀ ਬਹੁਤ ਸਵਾਦ ਆ ਇਹ, ਬਹੁਤ ਵਧੀਆ ਆ, ਜਾਣੀ ਬਹੁਤ ਵਧੀਆ ਬਣਾਉਂਦੇ ਨੇ ਬੰਦੇ, ਕਲਾ ਯਾਰ ਇਹਨਾਂ ਬੰਦਿਆਂ 'ਚ ਹੈ ਨਾ, ਤਾਂ ਹੀ ਇਹ ਬੰਦਿਆਂ ਦੀ ਇੰਨੀ ਚੀਜ਼ ਵਿਕਦੀ ਆ, ਅਤੇ ਗੋਣਾ ਤਾਂ ਹੀ ਆ ਹੈ ਨਾ। ਇਹ ਨੇ ਮੋਹਨ ਜੀ ਪੂਰੀ ਵਾਲੇ, ਹੱਕੀ ਪੌੜੀ ਦਾ ਜਿਹੜਾ ਗੇਟ ਆ ਉਹਦੇ ਬਾਹਰ ਸ਼ੌਪ ਆ ਇਹਨਾਂ ਦੀ। ਅਤੇ ਇਹ ਅਸੀਂ ਲੈ ਲਈਆਂ ਨੇ ਇਹਨਾਂ ਦੀਆਂ, ਪੂੜੀ ਕਹਿੰਦੇ ਅਸੀਂ ਇਹ, ਪੂਰੀ ਕਹਿੰਦੇ ਨੇ। ਅਤੇ ਇਹ ਚਨੇ ਨੇ, ਅਤੇ ਇੱਕ ਲੌਕੀ ਦੀ ਸਬਜ਼ੀ ਆ, ਅਤੇ ਚਟਨੀ ਪਾਉਂਦੇ ਨੇ ਥੋੜ੍ਹੀ ਜਿਹੀ ਵਿੱਚ ਇਹ। ਅਤੇ ਬਹੁਤ ਮਸ਼ਹੂਰ ਨੇ ਇਹ ਬੰਦੇ, ਅਤੇ ਸਭ ਲਈ ਦਿਖਾ ਰਿਹਾ, ਖਾ ਕੇ ਦੱਸੂਗਾ ਵੀ ਕਿੱਦਾਂ ਦਾ ਲੱਗਿਆ, ਅਤੇ ਟੈਸਟ ਕਰ ਰਿਹਾ ਇਹ, ਦੱਸੂਗਾ ਆਪਾਂ ਨੂੰ ਕਿੱਦਾਂ ਦਾ ਕਿੱਦਾਂ ਲੱਗਿਆ ਵੀ। ਸਫਰੀ ਤਾਂ ਦੱਸ ਰਿਹਾ ਭਾਈ, ਇਹਦਾ ਚੈੱਕ ਕਰ, ਜਾਣੀ ਕਹਿੰਦਾ ਠੀਕ ਠੀਕ ਆ, ਜਾਣੀ ਫਿੱਟ ਆ ਇਹਨੂੰ ਸਵਾਦ ਆ। ਅਤੇ ਆਹ ਬੰਦਿਆਂ ਦੀ ਸ਼ੌਪ ਆ, ਅਤੇ ਰਸ਼ ਦੇਖੋ ਯਾਰ ਇਹਨਾਂ ਬੰਦਿਆਂ ਦੀ ਦੁਕਾਨ ਦੇ ਉੱਤੇ ਕਿੰਨਾ ਆ, ਜਿਵੇਂ ਲੰਗਰ ਲੱਗਿਆ ਹੁੰਦਾ ਐਂ ਰਸ਼ ਆ। ਜੇ ਇਹਨਾਂ 'ਚ ਕਲਾ ਆ ਯਾਰ ਤਾਂ ਹੀ ਵਿਕਦਾ ਆ, ਤਾਂ ਹੀ ਇੰਨਾ ਰਸ਼ ਪੈਂਦਾ ਆ, ਬਹੁਤ ਮਸ਼ਹੂਰ ਨੇ ਵੀ ਬੰਦੇ। ਇਹ ਆ ਜੀ ਪ੍ਰਕਾਸ਼ ਲੋਕ ਵਾਲਾ, ਅਤੇ ਕੁਲਫੀ ਫਾਲੂਦਾ ਅਤੇ ਲੱਸੀ ਇਸ ਬੰਦੇ ਦੀ ਬਹੁਤ ਮਸ਼ਹੂਰ ਆ। ਅਤੇ ਇਹ ਵੀ ਹਰਿਦੁਆਰ ਦੇ ਵਿੱਚ ਬਹੁਤ ਮਸ਼ਹੂਰ ਆ ਇਹ ਬੰਦਾ, ਅਤੇ ਇਹਦੇ ਵੀ ਰਸ਼ ਬਹੁਤ ਹੁੰਦਾ ਆ, ਜਾਣੀ ਯਾਰ ਮੈਂ ਦੇਖਿਆ ਵੀ ਇਹਨਾਂ ਬੰਦਿਆਂ 'ਚ ਕੁਆਲਿਟੀਆਂ ਨੇ, ਤਾਂ ਹੀ ਇਹਨਾਂ ਦੇ ਕੰਮ ਚੱਲਦੇ ਨੇ। ਪ੍ਰਕਾਸ਼ ਲੋਕ ਵਾਲਾ, ਇਹਦੀ ਕੁਲਫੀ ਅਸੀਂ ਵੀ ਖਾਂਦੇ ਹਾਂ, ਅਤੇ ਦੱਸਦੇ ਹਾਂ ਤੁਹਾਨੂੰ ਕਿੰਨੀ ਕੁ ਸਵਾਦ ਆ। ਇਹ ਲੱਗਿਆ ਜਵਾਨ ਖਾਣ ਭਾਈ, ਇਹ ਦੱਸੋ ਟੇਸਟ ਕਿੱਦਾਂ ਦਾ। ਇਹ ਸਪੈਸ਼ਲ ਪੰਜਾਬ ਤੋਂ ਆਇਆ ਪ੍ਰਕਾਸ਼ ਲੋਕ ਵਾਲੇ ਦੇ ਖਾਣ, ਇਹ ਫਲੂਦਾ ਵਧੀਆ ਵੀ, ਇਹਨੂੰ ਤਾਂ ਪਸੰਦ ਆ ਵੀ। ਇਹ ਬਾਈ ਦਾ ਨਾਂ ਬਹੁਤ ਆ ਪ੍ਰਕਾਸ਼ ਲੋਕ ਵਾਲੇ ਦਾ, ਹਰਿਦੁਆਰ ਦੇ ਵਿੱਚ ਸ਼ੌਪ ਹੈ ਵੀਰ ਜੀ।
ਆਹ ਵੀਰ ਨੇ ਬੋਲਡ ਵੀ ਫੋਟੋ ਲੈ ਲਓ ਬੋਲਡ ਆਹ ਬੋਰਡ ਇਹਨਾਂ ਦਾ ਪ੍ਰਕਾਸ਼ ਤੋਂ ਆਹ ਸ਼ੌਪ ਹੈ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਨੂੰ ਸੁਰਜਾ ਕੀ ਦਾਲ ਕਹਿੰਦੇ ਨੇ ਅਤੇ ਇਹ ਸਾਹਲ ਦੇ ਪੱਤੇ 'ਤੇ ਬੰਦਾ ਦਿੰਦਾ ਇਹ ਦਾਲ ਅਤੇ ਧੂਮੀ ਮੂੰਗੀ ਦੀ ਦਾਲ ਹੁੰਦੀ ਆ ਇਹ ਅਤੇ ਬਹੁਤ ਵਿਕਦੀ ਆ ਇਹ ਦਾਲ ਇਹ ਧੂਮੀ ਮੂੰਗੀ ਦੀ ਲੋਕ ਦੂਰੋਂ ਦੂਰੋਂ ਖਾਣ ਆਉਂਦੇ ਨੇ ਅਤੇ ਇਹ ਨਾ ਜਵਾਲਪੁਰ ਪੈਂਦਾ ਆ ਗੁਰਦੁਆਰਾ ਰੋਡ ਸੁਹਾਗ ਬਾਜ਼ਾਰ ਸ਼ਾਮ ਨਗਰ ਉੱਥੇ ਖੜ੍ਹਦਾ ਇਹ ਬੰਦਾ ਬਹੁਤ ਫੇਮਸ ਆ ਬੰਦਾ ਇਹ ਹਰਿਦੁਆਰ ਦੇ ਵਿੱਚ ਇਹ ਬੰਦਾ ਨਾ ਇਹਦੇ ਉੱਤੇ ਕਾਲੀ ਮਿਰਚ ਲੂਣ ਲਾਲ ਮਿਰਚ ਅਤੇ ਇੱਕ ਨੇ ਮਸਾਲਾ ਆਪ ਤਿਆਰ ਕੀਤਾ ਉਹ ਨਿੰਬੂ ਅਤੇ ਇਮਲੀ ਦਾ ਪਾਣੀ ਪਾ ਕੇ ਬਣਾਉਂਦਾ ਬਾਈ ਜੀ ਕਿਆ ਗੱਲ ਬਣਾਉਂਦਾ ਬੰਦਾ ਮੂੰਹ 'ਚ ਪਾਣੀ ਲਿਆਉਂਦਾ ਇਹ ਆ ਜੀ ਦਾਲ ਵਾਲਾ ਬੰਦਾ ਇਹ ਲੱਭ ਲਿਆ ਸੀ ਬਹੁਤ ਔਖਾ ਲੱਭਿਆ ਇਹ ਲੱਭ ਗਿਆ ਪਰ ਇਹ ਖੜਾ ਜਿਹੜਾ ਨੁੱਕੜ 'ਤੇ ਗਲੀ 'ਚ ਲੱਭਦਾ ਲਿਆਉਣ ਖਾਣੇ ਆ ਤਾਂ ਦਾਲ ਅਤੇ ਦੇਖਦੇ ਹਾਂ ਬਾਈ ਕਿੱਦਾਂ ਦੀ ਬਣਾਉਂਦਾ ਨੈੱਟ 'ਤੇ ਤਾਂ ਬਹੁਤ ਮਸ਼ਹੂਰ ਆ ਬਾਈ ਇਹ ਬਹੁਤ ਚਾੜਿਆ ਹੋਇਆ ਲੋਕਾਂ ਨੇ ਵੀ ਬਹੁਤ ਵਧੀਆ ਬਣਾਉਂਦਾ ਦਾਲ ਇਹ ਅਤੇ ਅੱਜ ਖਾ ਕੇ ਦੇਖਦੇ ਹਾਂ ਵੀ ਕਿੱਦਾਂ ਦੀ ਬਣਾਉਂਦਾ ਬਾਈ ਇਹ ਪਹੁੰਚੇ ਹਾਂ ਇਹਦੇ ਕੋਲ ਉਹ ਕੜਛੀ ਲੱਗਾ ਹੋਇਆ ਫਟਾਫਟ ਫਿਰ ਉਹਨੂੰ ਦੇਖਦਾ ਕੀ ਬਣਾਉਂਦਾ ਇਹ ਬੰਦੇ ਦੇ ਵਿੱਚ ਵੀ ਕਲਾ ਯਾਰ ਬਹੁਤ ਰਸ਼ ਹੈ ਬੰਦੇ 'ਤੇ ਅਤੇ ਆਹ ਬੰਦੇ ਵਿੱਚ ਬੈਠੇ ਨੇ ਮੁਰਾਦਾਬਾਦ ਤੋਂ ਆਏ ਉਹਨੇ ਖਾਣ ਅਤੇ ਪੂਰਾ ਰਸ਼ ਪੈਂਦਾ ਇਸ ਬੰਦੇ 'ਤੇ ਅਤੇ ਇਹਨੂੰ ਸੁਰਜਾ ਕੀ ਦਾਲ ਕਹਿੰਦੇ ਨੇ ਸੁਰਜਾ ਦੀ ਦਾਲ ਖਾਣ ਆਉਂਦੇ ਨੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਸਾਡੇ ਜਦੋਂ ਕੋਈ ਮੂੰਗੀ ਦਾਲ ਧਰ ਲਵੇ ਨਾ ਅਗਲਾ ਕਹਿੰਦਾ ਇਹ ਕਿ ਬਿਮਾਰਾਂ ਦਾ ਖਾਜਾ ਧਰ ਲਿਆ ਅਤੇ ਇਸ ਬੰਦੇ ਦੀ ਮੂੰਗੀ ਦੀ ਦਾਲ ਹੀ ਵਿਕਦੀ ਆ ਮੁਰਾਦਾਬਾਦ ਤੋਂ ਲੋਕ ਖਾਣ ਆਏ ਹੋਏ ਨੇ ਅਸੀਂ ਪੰਜਾਬ ਤੋਂ ਗਏ ਹੋਏ ਹਾਂ ਇਹਨੂੰ ਸੁਰਜਾ ਦੀ ਦਾਲ ਕਹਿੰਦੇ ਨੇ ਬਹੁਤ ਮਸ਼ਹੂਰ ਆ ਦਾਲ ਇਹ ਬੰਦੇ ਦੀ ਇਹ ਦਾਲ ਆ ਜੀ ਇਹ ਦਾਲ ਬਹੁਤ ਮਸ਼ਹੂਰ ਹੈ ਬੰਦੇ ਦੀ ਇੱਕ ਇੱਕ ਗੱਲ ਆ ਬੰਦੇ ਦੇਖੋ ਬੰਦਾ ਬਿਲਕੁਲ ਸਾਦਾ ਜਿਹਾ ਬੰਦਾ ਇਹ ਬਿਲਕੁਲ ਸਾਦਾ ਬੰਦਾ ਇਹਦਾ ਪਹਿਰਾਵਾ ਦੇ ਲਓ ਬਿਲਕੁਲ ਸਾਦਾ ਬੰਦਾ ਪਰ ਇਹ ਬੰਦੇ 'ਚ ਕਲਾ ਆ ਜਿਹੜੀ ਇਹ ਵਿਕਦੀ ਆ ਦੇਖੋ ਬੰਦੇ ਕਿੰਨੇ ਖੜੇ ਨੇ ਬੇਡਿੰਗ 'ਚ ਨੇ ਜਿਹੜੇ ਬੰਦੇ ਖਾਣ ਨੂੰ ਬੈਠੇ ਨੇ ਕਿਸੇ ਚੀਜ਼ ਖਾਣੀ ਆ ਜਾਣੀ ਗੱਲ ਇਹ ਆ ਵੀ ਬੰਦੇ 'ਚ ਗੁਣ ਹੋਣਾ ਚਾਹੀਦਾ ਬੰਦੇ ਭੱਜੇ ਆਉਂਦੇ ਨੇ ਅਸੀਂ ਪੰਜਾਬ ਤੋਂ ਆਏ ਹਾਂ ਬੰਦੇ ਤੋਂ ਸਿਰਫ ਦਾਲ ਖਾਣ ਆਏ ਹਾਂ ਅਸੀਂ ਜਾਂ ਬੰਦੇ ਕਈ ਹੋਰ ਵੀ ਬੈਠੇ ਨੇ ਆਏ ਹੋਏ ਨੇ ਨਾ ਅਤੇ ਜਾਣੀ ਜੇ ਕੁਆਲਿਟੀ ਆ ਬੰਦੇ 'ਚ ਤਾਂ ਹੀ ਬੰਦੇ ਦੀ ਚੀਜ਼ ਵਿਕਦੀ ਆ ਜੀ ਬਾਕੀ ਅਸੀਂ ਖਾਣ ਲੱਗੇ ਹਾਂ ਬੰਦੇ ਦੀ ਦਾਲ ਅਤੇ ਦੇਖਦੇ ਹਾਂ ਖਾ ਕੇ ਕਿੰਨੀ ਕੁ ਵਧੀਆ ਦਾਲ ਆ ਜੀ ਇਹ ਦਾਲ ਬਾਕੀ ਬੰਦੇ ਦੀ ਬਹੁਤ ਵਧੀਆ ਜੀ ਅਤੇ ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦਾ ਬੰਦੇ ਦਾ ਕੰਮ ਦਿਨ ਦੁੱਗਣਾ ਚਾਰ ਚੌਗਣੀ ਤਰੱਕੀ ਕਰੇ ਜੀ ਇਹ ਬੰਦਾ ਬਹੁਤ ਵਧੀਆ ਬੰਦਾ ਜੀ ਇਹ ਅਸੀਂ ਜਦੋਂ ਭੀਮ ਗੁੱਡੇ ਤੋਂ ਹਲਕੀ ਪੌੜੀ ਵਾਲੀ ਨੂੰ ਵਾਪਸ ਜਾ ਰਹੇ ਸੀ ਨਾ ਤਾਂ ਰਸਤੇ ਦੇ ਵਿੱਚ ਇਹ ਬੰਦਾ ਮਿਲਿਆ ਸਾਨੂੰ ਇਹ ਦੇਖੋ ਨਾਲ ਦੀ ਨਾਲ ਤਾਜ਼ੇ ਬਿਸਕੁਟ ਬਣਾ ਕੇ ਦਿੰਦਾ ਆ ਇੰਨਾ ਵਧੀਆ ਇਹਨਾਂ ਨੇ ਜਗਾੜ ਫਿੱਟ ਕੀਤਾ ਹੋਇਆ ਨਾਲ ਦੀ ਨਾਲ ਤਾਜ਼ੇ ਬਿਸਕੁਟ ਦਿੰਦਾ ਬਣਾ ਕੇ ਇਹ ਅਤੇ ਬਹੁਤ ਘੈਂਟ ਬਣਾਉਂਦਾ ਬਿਸਕੁਟ ਇਹ ਅਸੀਂ ਵੀ ਲੈ ਰਹੇ ਹਾਂ ਤੋਂ ਅਤੇ ਖਾ ਕੇ ਦੇਖਦੇ ਹਾਂ ਕਿੱਦਾਂ ਦੇ ਬਣਾਉਂਦਾ ਬੰਦਾ ਬਿਸਕੁਟ ਇਹ ਬਹੁਤ ਸੌਫਟ ਨੇ ਬਿਸਕੁਟ ਬਹੁਤ ਸੌਫਟ ਨੇ ਬਿਸਕੁਟ ਵਾਕਈ ਬਹੁਤ ਸੌਫਟ ਨੇ ਬਹੁਤ ਸਵਾਦ ਬਣਾਉਂਦਾ ਬੰਦਾ ਬਿਸਕੁਟ ਇਹ ਬਹੁਤ ਸਵਾਦ ਬਣਾਉਂਦਾ ਬਾਕੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸੋਹਣੇ ਸੋਹਣੇ ਕਮੈਂਟ ਦਿਓ ਤਾਂ ਜੋ ਅਸੀਂ ਅੱਗੇ ਨੂੰ ਵੀ ਇੱਦਾਂ ਦੀਆਂ ਵਧੀਆ ਵੀਡੀਓ ਤੁਹਾਡੇ ਲਈ ਲਿਆਉਂਦੇ ਰਹੀਏ ਜੀ ਹਰ ਹਰ ਗੰਗੇ